ਅੱਜ ਅੰਮ੍ਰਿਤ ਵੇਲੇ ਗੁਰਦੇਵ ਪਾਤਸ਼ਾਹ ਜੀ ਨੇ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਇਹ ਪਾਵਨ ਸ਼ਬਦ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਬਿਲਾਵਲ ਰਾਗ ਅੰਦਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 809 ਤੇ ਅੰਕਤ ਹੈ ਇਸ ਦੁਨੀਆਵਲ ਜਦੋਂ ਅਸੀਂ ਦੇਖਦੇ ਹਾਂ ਤਾਂ ਕੁਝ ਲੋਕ ਕਾਮਯਾਬ ਨੇ ਕੁਝ ਲੋਗ ਸਫਲ ਨੇ ਔਰ ਕੁਝ ਲੋਗ ਜੀਵਨ ਦੇ ਅੰਦਰ ਅਸਫਲ ਨੇ ਸਕੂਲ ਦੇ ਅੰਦਰ ਦੇਖਦੇ ਹਾਂ ਕੁਝ ਬੱਚੇ ਮਿਹਨਤ ਕਰਕੇ ਬਹੁਤ ਚੰਗੇ ਨੰਬਰ ਲੈ ਕੇ ਪਾਸ ਹੁੰਦੇ ਹਨ ਔਰ ਕੁਝ ਬੱਚੇ ਫੇਲ ਹੋ ਜਾਂਦੇ ਹਨ ਵਪਾਰ ਦੀ ਦੁਨੀਆ ਵਿੱਚ ਦੇਖਦੇ ਹਾਂ ਇੱਕ ਹੀ ਜਗ੍ਹਾ ਦੇ ਉੱਤੇ ਦੋ ਵਪਾਰੀਆਂ ਨੇ ਵਪਾਰ ਸ਼ੁਰੂ ਕੀਤਾ ਇੱਕ ਦਾ ਵਪਾਰ ਬਹੁਤ ਚੰਗਾ ਚੱਲਿਆ ਦੂਜਾ ਵਪਾਰ ਵਿੱਚ ਫੇਲ ਹੋ ਗਿਆ ਦੁਨੀਆਂ ਦੇ ਅੰਦਰ ਕੁਝ ਬਹੁਤ ਚੰਗੇ ਲੋਕ ਨੇ ਔਰ ਕੁਝ ਮਾਰੇ ਕਰਮਾ ਵਾਲੇ ਲੋਕ ਨੇ ਇਸ ਦਾ ਕਾਰਨ ਕੀ ਹੈ ਕਿ ਇੱਕ ਮਹਾਨ ਬਣ ਗਿਆ ਔਰ ਇੱਕ ਨੀਵਾ ਰਹਿ ਗਿਆ ਜਦੋਂ ਕਿ ਚਾਂਸ ਸਾਰਿਆਂ ਨੂੰ ਬਰਾਬਰ ਮਿਲੇ ਸਮਾਂ ਸਭ ਨੂੰ 24 ਘੰਟੇ ਦਾ ਹੀ ਮਿਲਿਆ ਹੈ ਅਸੀਂ ਕਈ ਵਾਰ ਸਮੇਂ ਦੀ ਉਲੰਬਾ ਦਿੰਦੇ ਆ ਕਿ ਮੇਰੇ ਕੋਲ ਸਮਾਂ ਨਹੀਂ ਪਰ ਐਸਾ ਨਹੀਂ ਸਮਾਂ ਸਾਰਿਆਂ ਨੂੰ ਬਰਾਬਰ ਮਿਲਦਾ ਹੈ 24 ਘੰਟੇ ਹੀ ਮਿਲਦੇ ਨੇ ਔਰ ਇੱਕੋ ਹੀ ਧਰਤੀ ਹੈ ਇੱਕੋ ਹੀ ਸਾਰਾ ਵਾਤਾਵਰਨ ਹੈ ਲੇਕਿਨ ਕੁਝ ਲੋਗ ਬਹੁਤ ਅਗਾਹ ਚਲੇ ਗਏ ਕੁਝ ਲੋਗ ਪਿੱਛੇ ਚਲੇ ਗਏ ਇਸ ਦਾ ਕਾਰਨ ਕੀ ਹੈ ਜਦੋਂ ਅਸੀਂ ਇਸ ਦਾ ਕਾਰਨ ਖੋਜਦੇ ਹਾਂ ਔਰ ਇਸ ਦਾ ਉੱਤਰ ਲੱਭਦੇ ਹਾਂ ਤਾਂ ਬਹੁਤ ਸਾਰੇ ਲੋਗ ਇਹ ਕਹਿੰਦੇ ਹਨ ਕਿ ਇਹ ਕਿਸਮਤ ਹੈ ਕਿ ਜਿਨ੍ਹਾਂ ਦੀ ਕਿਸਮਤ ਚੰਗੀ ਸੀ ਉਹ ਚੰਗੇ ਬਣ ਗਏ ਜਿਨ੍ਹਾਂ ਦੀ ਕਿਸਮਤ ਮਾੜੀ ਸੀ ਉਹ ਮਾੜੇ ਹੋ ਗਏ ਕਿਸਮਤਵਾਦੀ ਲੋਕ ਉਹਨੂੰ ਕਿਸਮਤ ਦੇ ਨਾਲ ਜੋੜ ਕੇ ਵੇਖਣ ਦਾ ਯਤਨ ਕਰਦੇ ਹਨ ਕੁਝ ਲੋਕ ਕਹਿੰਦੇ ਹਨ ਕਿ ਜੈਸਾ ਡੀਐਨਏ ਹੋਏਗਾ ਜੈਸਾ ਐਕਸਪੀਰੀਅੰਸ ਹੋਏਗਾ ਉਸ ਪਾਸੇ ਹੀ ਮਨੁੱਖ ਦੀ ਜੋ ਹੈ ਤਾਕਤ ਕੰਮ ਕਰੇਗੀ ਸਟਰੈਂਥ ਕੰਮ ਕਰੇਗੀ ਔਰ ਮਨੁੱਖ ਵੈਸੇ ਹੀ ਕਰਮ ਕਰੇਗਾ ਜੈਸਾ ਡੀਐਨਏ ਹੈ ਜੋ ਜੈਸਾ ਐਕਸਪੀਰੀਅੰਸ ਹੈ ਔਰ 98% ਲੋਗ ਇਸੇ ਤਰ੍ਹਾਂ ਹੀ ਜੀ ਰਹੇ ਹਨ ਇਸ ਦੁਨੀਆ ਅੰਦਰ 2% ਲੋਗ ਐਸੇ ਨੇ ਜੋ ਇਸ ਚੱਕਰ ਤੋਂ ਬਾਹਰ ਆ ਜਾਂਦੇ ਨੇ ਉਹ ਆਪਣੀ ਸੋਚ ਮੁਤਾਬਕ ਜ਼ਿੰਦਗੀ ਜੀਂਦੇ ਨੇ ਉਹਨਾਂ ਦੇ ਅੰਦਰ ਮਹਾਨ ਵਿਸ਼ਾਲ ਗਿਆਨ ਹੁੰਦਾ ਹੈ ਤੇ ਉਹ ਇਸ ਦੁਨੀਆ ਦੇ ਅੰਦਰ ਨਵੀਆਂ ਖੋਜਾਂ ਕਰਦੇ ਨੇ ਔਰ ਨਵੀਂ ਜੀਵਨ ਦੀ ਜੁਗਤ ਸੰਸਾਰ ਦੀ ਝੋਲੀ ਦੇ ਅੰਦਰ ਪਾਉਂਦੇ ਨੇ ਉਦੋ ਪਰਸੈਂਟ ਲੋਕ ਹੀ ਇਸ ਦੁਨੀਆ ਨੂੰ ਚਲਾਉਣ ਵਾਲੇ ਨੇ ਬਾਕੀ 98% ਫੋਲੋਅਰ ਹੁੰਦੇ ਨੇ ਇਹ ਲੋਕਾਂ ਦੇ ਆਪਣੇ ਆਪਣੇ ਵਿਚਾਰ ਨੇ ਇਸ ਧੰਗ ਦੇ ਨਾਲ ਵੇਖਣ ਦਾ ਯਤਨ ਕਰਦੇ ਨੇ ਤਾਂ ਮੈਂ ਬੇਨਤੀ ਕਰਾਂ ਕਿਸਮਤ ਨਾਮ ਦੀ ਕੋਈ ਚੀਜ਼ ਨਹੀਂ ਹੈ ਬੰਦਾ ਜੈਸੇ ਕਰਮ ਕਰਦਾ ਹੈ ਵੈਸਾ ਹੀ ਮਨੁੱਖ ਹੋ ਜਾਂਦਾ ਹੈ ਜਦੋਂ ਅਸੀਂ ਕਿਸੇ ਮਨੋਵਿਗਿਆਨੀ ਦੇ ਅੱਗੇ ਇਹ ਹੀ ਖਿਆਲ ਰੱਖਦੇ ਹਾਂ ਤਾਂ ਮਨੋਵਿਗਿਆਨੀ ਸਾਨੂੰ ਇਹ ਉੱਤਰ ਦੇਵੇਗਾ ਕਿ ਜੈਸੀ ਕਿਸੇ ਦੀ ਸੋਚ ਹੈ ਜੋ ਕੁਝ ਸਬ ਕੌਨਸ਼ੀਅਸ ਮਾਈਂਡ ਦੇ ਅੰਦਰ ਉਸਨੇ ਬਿਠਾ ਲਿਆ ਹੈ ਵੈਸਾ ਹੀ ਉਹ ਹੋ ਜਾਂਦਾ ਹੈ ਜੇ ਕਿਸੇ ਨੇ ਆਪਣੇ ਬਾਰੇ ਇਹ ਸੋਚ ਬਣਾ ਲਈ ਕਿ ਮੈਂ ਕੁਝ ਵੀ ਨਹੀਂ ਹਾਂ ਮੈਂ ਕੁਝ ਕਰ ਨਹੀਂ ਸਕਦਾ ਮੈਂ ਦੀਨਹੀਨ ਹਾਂ ਤਾਂ ਉਹ ਬੰਦਾ ਐਸਾ ਹੀ ਹੋ ਜਾਏਗਾ ਕਿਉਂਕਿ ਉਸਨੇ ਆਪਣੇ ਦਿਮਾਗ ਨੂੰ ਇਸੇ ਵਾਸਤੇ ਤਿਆਰ ਕਰ ਲਿਆ ਹੈ ਔਰ ਉਹ ਕੁਝ ਨਵਾਂ ਕਰਨ ਵਾਸਤੇ ਰਾਜੀ ਨਹੀਂ ਹੁੰਦਾ لیکن کچھ لوگ ایسے ਨੇ ਜਿਨ੍ਹਾਂ ਦੀ ਪੋਜੀਟਿਵ ਥਿੰਕਿੰਗ ਹੈ ਜਿਨ੍ਹਾਂ ਦਾ ਸਕਾਰਾਤਮਕ ਜਿਨ੍ਹਾਂ ਦੀ ਸੋਚ ਹੈ ਉਹ ਇਹ ਸੋਚਦੇ ਨੇ ਕਿ ਰੱਬ ਨੇ ਮੈਨੂੰ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਮੈਂ ਸਭ ਕੁਝ ਕਰਨ ਦੇ ਸਮਰੱਥ ਹਾਂ ਸਰਬਸ਼ਕਤੀਮਾਨ ਪ੍ਰਭੂ ਹਮੇਸ਼ਾ ਮੇਰੇ ਨਾਲ ਹੈ ਔਰ ਉਹ ਆਪਣੇ ਜੀਵਨ ਦੇ ਅੰਦਰ ਮਹਾਨ ਵੱਡੇ ਬਣ ਜਾਂਦੇ ਨੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਹਰ ਇਨਸਾਨ ਜੀਵਨ ਦੇ ਅੰਦਰ ਸਫਲ ਹੋ ਸਕਦਾ ਹੈ ਸੈ ਸਤ ਉੱਤਰ ਸਾਨੂੰ ਹਾਂ ਦੇ ਵਿੱਚ ਮਿਲਦਾ ਹੈ ਹਾਂ ਹਰ ਇਨਸਾਨ ਦੇ ਅੰਦਰ ਅਕਾਲ ਪੁਰਖ ਆਪ ਹੀ ਸਜਿਆ ਹੈ ਆਪ ਹੀ ਬੈਠਾ ਹੈ ਹਰ ਇਨਸਾਨ ਉਸ ਰਬ ਦਾ ਹੀ ਰੂਪ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਔਰ ਸਬਹ ਕਟ ਰਾਮ ਬੋਲੇ ਅਨੇਕਾਂ ਗੁਰਬਾਣੀ ਦੀਆਂ ਪੰਕਤੀਆਂ ਸਾਨੂੰ ਸਮਝਾਉਂਦੀਆਂ ਹਨ ਕਿ ਹਰ ਇਨਸਾਨ ਦੇ ਅੰਦਰ ਸਰਬਸ਼ਕਤੀਮਾਨ ਪ੍ਰਭੂ ਹੈ ਔਰ ਹਰ ਇਨਸਾਨ ਉਸ ਰਬ ਦਾ ਰੂਪ ਹੈ ਇਦਾ ਮਤਲਬ ਹਰ ਇੱਕ ਦੇ ਅੰਦਰ ਪੌਸਿਬਿਲਿਟੀ ਹੈ ਕਿ ਉਹ ਮਹਾਨ ਹੋ ਸਕਦਾ ਹੈ ਹਰ ਇੱਕ ਦੇ ਅੰਦਰ ਪੌਸਿਬਿਲਿਟੀ ਹੈ ਕਿ ਉਹ ਆਪਣੀਆਂ ਹਾਰਾਂ ਨੂੰ ਜਿੱਤਾਂ ਵਿੱਚ ਤਬਦੀਲ ਕਰ ਸਕਦਾ ਹੈ ਹਰ ਇਨਸਾਨ ਦੇ ਅੰਦਰ ਸੰਭਾਵਨਾ ਹੈ ਕਿ ਉਹ ਆਪਣੀਆਂ ਅਸਫਲਤਾਵਾਂ ਨੂੰ ਪੌੜੀ ਬਣਾ ਕੇ ਸਫਲਤਾ ਤੱਕ ਪਹੁੰਚ ਸਕਦਾ ਹੈ ਹਰ ਇੱਕ ਦੇ ਅੰਦਰ ਇਹ ਸੰਭਾਵਨਾ ਹੈ ਜ਼ਰੂਰਤ ਹੈ ਕੇਵਲ ਉਹਦੇ ਅੰਦਰ ਜੋ ਸੁੱਤੀਆਂ ਹੋਈਆਂ ਸ਼ਕਤੀਆਂ ਨੇ ਉਹਨਾਂ ਦੀ ਉਹਨੂੰ ਸੂਝ ਆ ਜਾਏ ਉਹਨੂੰ ਸਮਝ ਆ ਜਾਏ ਔਰ ਆਪਣੇ ਅੰਦਰ ਪਈਆਂ ਮਹਾਨ ਸ਼ਕਤੀਆਂ ਨੂੰ ਉਹ ਪਹਿਚਾਨ ਸਕੇ ਔਰ ਉਹਨਾਂ ਨੂੰ ਪ੍ਰਯੋਗ ਵਿੱਚ ਲਿਆ ਕੇ ਵਰਤੋਂ ਵਿੱਚ ਲਿਆ ਕੇ ਉਹ ਆਪਣੇ ਸਫਲਤਾ ਦੇ ਰਾਹਾਂ ਦੇ ਉੱਤੇ ਪਹੁੰਚ ਜਾਏ ਇਸ ਲਈ ਬਹੁਤ ਸਾਰੇ ਲੋਕ ਨੇ ਇਸ ਦੁਨੀਆ ਵਿੱਚ ਜੋ ਹੀਣ ਭਾਵਨਾ ਦਾ ਸ਼ਿਕਾਰ ਨੇ ਜਿਨ੍ਹਾਂ ਦੇ ਅੰਦਰ ਨੈਗੇਟਿਵਿਟੀ ਹੈ ਜੋ ਆਪਣੇ ਆਪ ਨੂੰ ਦੂਜਿਆਂ ਤੋਂ ਨੀਵਾਂ ਸਮਝ ਬੈਠੇ ਨੇ ਅਸਫਲ ਸਮਝ ਬੈਠੇ ਨੇ ਔਰ ਉਹਨੂੰ ਆਪਣੀ ਕਿਸਮਤ ਦਾ ਇੱਕ ਹਿੱਸਾ ਬਣਾ ਬੈਠੇ ਨੇ ਉਹਨਾਂ ਵਾਸਤੇ ਵੀ ਮੌਕੇ ਨੇ ਇਸ ਸੰਸਾਰ ਦੇ ਅੰਦਰ ਉਹ ਵੀ ਮਹਾਨ ਬਣ ਸਕਦੇ ਨੇ ਕਿਵੇਂ ਬਣ ਸਕਦੇ ਨੇ ਕਿਵੇਂ ਹਰ ਇਨਸਾਨ ਆਪਣੀ ਮੰਜ਼ਿਲ ਤੇ ਪਹੁੰਚ ਸਕਦਾ ਹੈ ਕਿਵੇਂ ਅਸੀਂ ਆਤਮਿਕ ਚੜ੍ਹਾਇਆਂ ਚੜ੍ਹ ਸਕਦੇ ਹਾਂ ਗੁਰਦੇਵ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਰਾਹੀਂ ਸਾਨੂੰ ਸਮਝਾਇਆ ਹੈ ਇਸ ਪਾਵਨ ਸ਼ਬਦ ਰਾਹੀਂ ਧੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਮਨੁੱਖ ਮਾਤਰ ਨੂੰ ਇੱਕ ਐਸੇ ਜੀਵਨ ਦੀ ਜੁਗਤ ਦਿੱਤੀ ਹੈ ਕਿ ਦੁਨੀਆ ਦਾ ਹਰ ਇਨਸਾਨ ਮਹਾਨ ਹੋ ਸਕਦਾ ਹੈ ਆਪਣੇ ਜੀਵਨ ਨੂੰ ਯਥਾਰਥ ਬਣਾ ਸਕਦਾ ਹੈ ਆਪਣੇ ਜੀਵਨ ਦੇ ਅੰਦਰ ਸਫਲਤਾ ਹਾਸਲ ਕਰ ਸਕਦਾ ਹੈ ਹਰ ਇਨਸਾਨ ਸੁਖ ਸ਼ਾਂਤੀ ਆਨੰਦ ਖੇੜੇ ਔਰ ਪ੍ਰਸੰਤਾਵਾਂ ਦਾ ਆਨੰਦ ਮਾਣ ਸਕਦਾ ਹੈ ਕਿਵੇਂ ਐਸਾ ਹੋਏਗਾ ਗੁਰਦੇਵ ਪਤਸ਼ਾ ਜੀ ਨੇ ਇਸ ਪਾਵਨ ਸ਼ਬਦ ਰਾਹੀਂ ਸਾਨੂੰ ਸਮਝਾਇਆ ਹੈ ਆਓ ਵਿਚਾਰ ਕਰਨ ਦਾ ਯਤਨ ਕਰੀਏ ਗੁਰਦੇਵ ਪਿਤਾ ਜੀ ਪਹਿਲਾ ਬਚਨ ਕਰਦੇ ਹਨ ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਕਿ हे ਮਿੱਤਰ ਗੁਰੂ ਦੀ ਕਿਰਪਾ ਦੇ ਨਾਲ ਜੋ ਪਿੰਗਲਾ ਬੰਦਾ ਹੈ ਉਹ ਪਹਾੜਾਂ ਤੋਂ ਪਾਰ ਲੰਘ ਜਾਂਦਾ ਹੈ ਔਰ ਜੋ ਮਹਾ ਮੂਰਖ ਹੈ ਜੋ ਮੂਰਖ ਹੈ ਵੀ ਸਮਝ ਹੈ ਉਹ ਚਤੁਰ ਵਕਤਾ ਬਣ ਸਕਦਾ ਹੈ ਗੁਰੂ ਦੀ ਕਿਰਪਾ ਦੇ ਨਾਲ ਹੁਣ ਇਹ ਚੀਜ਼ ਸਮਝਣ ਵਾਲੀ ਹੈ ਅਸਲੀ ਪਿੰਗਲਾ ਕੌਣ ਹੈ ਅਸਲੀ ਪਿੰਗਲਾ ਉਹ ਨਹੀਂ ਕਿ ਜਿਸਦੇ ਪੈਰ ਕੰਮ ਨਹੀਂ ਕਰਦੇ ਅਸਲੀ ਅੰਦਾ ਉਹ ਨਹੀਂ ਜਿਸ ਦੀਆਂ ਅੱਖਾਂ ਕੰਮ ਨਹੀਂ ਕਰਦੀਆਂ ਅਸਲੀ ਪਿੰਗਲਾ ਤੇ ਉਹ ਹੈ ਜਿਸਦੇ ਕੋਲ ਪੈਰ ਹੈ ਨੇ ਲੇਕਿਨ ਉਹ ਚਲਣ ਦੀ ਹਿੰਮਤ ਹੀ ਨਹੀਂ ਜੁਟਾ ਪਾ ਰਿਹਾ ਅਸਲੀ ਅੰਦਾ ਤੇ ਉਹ ਹੈ ਜਿਸ ਦੀਆਂ ਅੱਖਾਂ ਤੇ ਹੈ ਨੇ ਲੇਕਿਨ ਉਹ ਜੀਵਨ ਦੇ ਸਹੀ ਮਾਰਗ ਤੇ ਨਹੀਂ ਚੱਲ ਰਿਹਾ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਜੋ ਆਪਣੇ ਆਪ ਨੂੰ ਸੁਰਤ ਕਰਕੇ ਪਿੰਗਲਾ ਕਰ ਬੈਠਾ ਹੈ ਪਿੰਗਲਾ ਸਮਝ ਬੈਠਾ ਹੈ ਉਹ ਇਨਸਾਨ ਨੂੰ ਵੀ ਜੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਵੇ ਗੁਰੂ ਤੋਂ ਗਿਆਨ ਹਾਸਲ ਕਰੇ ਔਰ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵੇ ਤਾਂ ਜੋ ਸੁਰਤ ਕਰਕੇ ਪਿੰਗਲਾ ਹੋਇਆ ਬੈਠਾ ਹੈ ਉਹ ਵੀ ਆਤਮਿਕ ਪਹਾੜਾਂ ਦੀਆਂ ਚੜ੍ਹਾਈਆਂ ਚੜ ਸਕਦਾ ਹੈ ਉਹ ਵੀ ਆਪਣੀ ਜ਼ਿੰਦਗੀ ਦੇ ਅੰਦਰ ਮਹਾਨ ਗੁਣ ਹਾਸਲ ਕਰ ਸਕਦਾ ਹੈ ਮਹਾਨ ਵੱਡੀਆਂ ਸਫਲਤਾਵਾਂ ਹਾਸਲ ਕਰ ਸਕਦਾ ਹੈ ਜੋ ਸੁਰਤ ਕਰਕੇ ਪਿੰਗਲਾ ਹੈ ਜਦੋਂ ਬੰਦਾ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਹੁੰਦਾ ਹੈ ਨਾ ਤਾਂ ਗੁਰੂ ਪਾਤਸ਼ਾਹ ਜੀ ਇੱਕ ਮਹਾਨ ਸੱਚਾਈ ਬਿਆਨ ਕਰ ਰਹੇ ਨੇ ਉਹ ਕਹਿੰਦੇ ਨੇ ਪਿਆਰਿਆ ਦੁਨੀਆਂ ਦੀ ਸਭ ਤੋਂ ਵੱਡੀ ਸਿਆਣਪ ਪਤਾ ਹੈ ਕਿਹੜੀ ਹੈ ਦੁਨੀਆਂ ਦੀ ਸਭ ਤੋਂ ਵੱਡੀ ਸਿਆਣਪ ਨਾ ਹੀ ਦੇਖ ਨਾ ਭਾਜੀ ਹੈ ਪਰਮ ਸਿਆਨਪ ਇਹ ਨਾ ਹੀ ਦੇਖ ਕਿ ਇਹ ਕੰਮ ਨਹੀਂ ਹੋ ਸਕਦਾ ਇਸ ਗੱਲ ਨੂੰ ਵੇਖ ਕੇ ਇਹ ਗੱਲ ਕਹਿ ਕੇ ਉਹ ਕੰਮ ਕਰਨ ਤੋਂ ਭੱਜਣਾ ਪਰਮ ਸਿਆਨਪ ਇਹ ਦੁਨੀਆ ਦੀ ਸਭ ਤੋਂ ਵੱਡੀ ਸਿਆਨਪ ਇਹ ਹੈ ਕਿ ਹਰ ਕੰਮ ਹੋ ਸਕਦਾ ਹੈ ਮੈਂ ਸਭ ਕੁਝ ਕਰ ਸਕਦਾ ਹਾਂ ਮੇਰੇ ਅੰਦਰ ਸਮਰੱਥਾ ਹੈ ਜੇ ਕੋਈ ਕੰਮ ਨਹੀਂ ਹੋਇਆ ਤਉ ਦਾ ਰੀਜ਼ਮ ਇਹ ਹੈ ਕਿ ਮੈਂ ਉਹਨੂੰ ਗਲਤ ਢੰਗ ਦੇ ਨਾਲ ਕੀਤਾ ਹੈ ਜੇ ਮੈਂ ਮੰਜ਼ਲ ਤੇ ਨਹੀਂ ਪਹੁੰਚਿਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਮੰਜ਼ਲ ਤੇ ਪਹੁੰਚਣਾ ਇੰਪੋਸੀਬਲ ਹੈ ਮੰਜ਼ਲ ਨੂੰ ਨਾ ਛੱਡ ਆਪਣਾ ਰਸਤਾ ਬਦਲ ਆਪਣੇ ਕੰਮ ਕਰਨ ਦਾ ਢੰਗ ਬਦਲ ਆਪਣੀ ਸੋਚ ਨੂੰ ਬਦਲ ਤਾਂ ਜੋ ਸੁਰਤ ਕਰਕੇ ਪਿੰਗਲਾ ਹੈ ਜਦੋਂ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਉਂਦਾ ਹੈ ਤਾਂ ਗੁਰੂ ਸਾਹਿਬ ਨੂੰ ਆਤਮ ਵਿਸ਼ਵਾਸ ਤੇ ਆਉਂਦੇ ਨੇ ਉਦੇ ਅੰਦਰ ਵਿਲ ਪਾਵਰ ਪੈਦਾ ਕਰਦੇ ਨੇ ਉਸ ਦੇ ਅੰਦਰ ਗਿਆਨ ਦੀ ਦਾਤ ਬਖਸ਼ਿਸ਼ ਕਰਦੇ ਨੇ ਔਰ ਉਹਨੂੰ ਇਹ ਗੱਲ ਸਮਝਾ ਦਿੰਦੇ ਨੇ ਕਿ ਪਿਆਰਿਆ ਤੂੰ ਇਸ ਸੰਸਾਰ ਦੇ ਅੰਦਰ ਜਿੱਤਣ ਵਾਸਤੇ ਆਇਆ ਨਾ ਕਿ ਹਾਰਨ ਵਾਸਤੇ ਔਰ ਐਸਾ ਹੋਇਆ ਹੈ ਅਸੀਂ ਦੇਖਦੇ ਹਾਂ ਹਿੰਦੁਸਤਾਨ ਹਜ਼ਾਰਾਂ ਸਾਲ ਗੁਲਾਮ ਰਿਹਾ ਔਰ ਕੁਝ ਲੋਗਾਂ ਦੇ ਅੰਦਰ ਇਹ ਚੀਜ਼ ਬਿਠਾ ਦਿੱਤੀ ਗਈ ਕਿ ਤੁਸੀਂ ਅਖੌਤੀ ਸ਼ੂਦਰ ਹੋ ਤੁਸੀਂ ਘੋੜਿਆਂ 'ਤੇ ਨਹੀਂ ਚੜ੍ਹ ਸਕਦੇ ਤੁਸੀਂ ਜੰਗ ਨਹੀਂ ਲੜ ਸਕਦੇ ਤੁਸੀਂ ਪੜ ਨਹੀਂ ਸਕਦੇ ਔਰ ਤੁਸੀਂ ਪਿੰਡਾਂ ਦੀਆਂ ਬਸਤੀਆਂ ਵਿੱਚ ਨਹੀਂ ਰਹਿ ਸਕਦੇ ਗੁਰੂ ਪਾਤਸ਼ਾਹ ਜੀ ਨੇ ਜਿਨ੍ਹਾਂ ਨੂੰ ਲੋਕ ਚਿੜੀਆਂ ਕਹਿੰਦੇ ਸਨ ਨਾ ਚਿੜੀਆਂ ਉਹਨਾਂ ਦੇ ਅੰਦਰ ਉਹ ਰੂਹ ਫੂਕੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਚਿੜੀਆਂ ਨਹੀਂ ਹੋ ਤੁਸੀਂ ਪਿੰਗਲੇ ਨਹੀਂ ਹੋ ਤੁਸੀਂ ਅਛੂਤ ਨਹੀਂ ਹੋ ਤੁਸੀਂ ਉਸ ਨੂਰ ਦਾ ਹਿੱਸਾ ਹੋ ਤੁਸੀਂ ਇਹ ਸਾਰਾ ਕੁਝ ਕਰ ਸਕਦੇ ਹੋ ਤਾਂ 치ੜੀਆਂ ਅਖਵਾਨ ਵਾਲਿਆਂ ਦੇ ਅੰਦਰ ਉਹ ਸ਼ਕਤੀ ਪੈਦਾ ਹੋ ਗਈ ਉਹ ਵਿਲ ਪਾਵਰ ਆ ਗਈ ਗੁਰੂ ਦੀ ਰਹਿਮਤ ਨਾਲ ਕਿ ਉਹਨਾਂ ਨੇ ਸ਼ੇਰ ਅਖਵਾਨ ਵਾਲੇ ਲੋਕਾਂ ਨੂੰ ਬਾਜ਼ ਅਖਵਾਨ ਵਾਲੇ ਸਮਝਣ ਵਾਲੇ ਲੋਕਾਂ ਨੂੰ ਕੇਰ ਕੇ ਮੈਦਾਨੇ ਜੰਗ ਦੇ ਅੰਦਰ ਲਹੂ ਲੋਹਨ ਕੀਤਾ ਔਰ ਹਿੰਦੁਸਤਾਨ ਦੀਆਂ ਗੁਲਾਮੀ ਦੀਆਂ ਜੰਜੀਰਾਂ ਕੱਟ ਦਿੱਤੀਆਂ ਇਸ ਲਈ ਗੁਰੂ ਜੀ ਕਹਿੰਦੇ ਨੇ ਜੋ ਸੁਰਤ ਕਰਕੇ ਪਿੰਗਲਾ ਹੈ ਉਹ ਸਫਲਤਾਵਾਂ ਦੇ ਪਹਾੜ ਚੜ ਜਾਂਦਾ ਹੈ ਖਲ ਚਤੁਰਬਕੀਤਾ ਤੇ ਜੋ ਮੂਰਖ ਬੇਸਮਝ ਹੈ ਜਿਸ ਨੂੰ ਦੋ ਅੱਖਰ ਵੀ ਬੋਲਣੇ ਨਹੀਂ ਆਉਂਦੇ ਜਦੋਂ ਉਹ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਹੈ ਤਾਂ ਉਹ ਬਹੁਤ ਸਿਆਣਾ ਵਿਖਿਆਨ ਕਰਨ ਵਾਲਾ ਬਣ ਜਾਂਦਾ ਹੈ ਬੜਾ ਵੱਡਾ ਉਹ ਪ੍ਰਚਾਰਕ ਹੋ ਨਿਭੜਦਾ ਹੈ ਉਹ ਸੱਚ ਦੀ ਗੱਲ ਦੁਨੀਆ ਤੱਕ ਪਹੁੰਚਾਉਣ ਵਾਲਾ ਬਣ ਜਾਂਦਾ ਹੈ ਔਰ ਅਸੀਂ ਦੇਖਦੇ ਹਾਂ ਉਹ ਲੋਕ ਜਿਨ੍ਹਾਂ ਨੂੰ ਸ਼ੂਦਰ ਕਹਿ ਕੇ ਦੁਰਕਾਰਿਆ ਗਿਆ ਕਿ ਤੁਸੀਂ ਵੇਦ ਸ਼ਾਸਤਰ ਨਹੀਂ ਪੜ ਸਕਦੇ ਤੁਸੀਂ ਵਿਦਿਆ ਹਾਸਲ ਨਹੀਂ ਕਰ ਸਕਦੇ 8ਵੇਂ ਪਾਤਸ਼ਾਹ ਤੱਕ ਉਹਨਾਂ ਲੋਕਾਂ ਦੇ ਅੰਦਰ ਇੰਨੀ ਮਹਾਨ ਜੁਰਤ ਪੈਦਾ ਗੁਰਦੇਵ ਪਾਤਸ਼ਾਹ ਨੇ ਕਰ ਦਿੱਤੀ ਕਿ ਉਹਨਾਂ ਨੇ ਮਹਾਨ ਵੱਡੇ ਵਿਦਵਾਨਾਂ ਦੇ ਆਪੈਰ ਉਖੇੜ ਦਿੱਤੇ ਮਹਾਨ ਵੱਡੇ ਉਹ ਵਕਤੇ ਹੋ ਨਿਬੜੇ ਤਾਂ ਜਦੋਂ ਕੋਈ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਹੈ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜਿੰਦਾ ਹੈ ਤੇ ਪੌਸਿਬਿਲਟੀ ਹੈ ਕਿ ਬੇਸਮਝ ਲੋਗ ਵੀ ਮਹਾਨ ਵੱਡੇ ਚੰਗੇ ਸਿਆਣੇ ਵਕਤੇ ਬਣ ਸਕਦੇ ਹਨ ਜੋ ਸੁਰਤ ਕਰਕੇ ਪਿੰਗਲੇ ਨੇ ਉਹ ਆਤਮਕ ਚੜ੍ਹਾਇਆਂ ਚੜ੍ਹ ਸਕਦੇ ਹਨ ਅੰਧੁਲੇ ਤ੍ਰਿਪਵਨ ਸੂਝਿਆ ਗੁਰਪੇਟ ਪੁਨਿੱਤਾ ਗੁਰੂ ਨੂੰ ਮਿਲ ਕੇ ਮਨੁੱਖ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਨੇ ਔਰ ਜਿਹੜੇ ਅੰधे ਨੇ ਅ ਗਿਆਨ ਕਰਕੇ ਉਹਨਾਂ ਨੂੰ ਤਿੰਨਾ ਭਵਨਾਾਂ ਦੀ ਸੂਝ ਮਿਲ ਜਾਂਦੀ ਹੈ ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਅਸਲੀ ਅੰਧੇ ਉਹ ਨਹੀਂ ਜਿਨ੍ਹਾਂ ਦੀਆਂ ਅੱਖਾਂ ਨਹੀਂ ਹਨ ਅਸਲੀ ਅੰਧੇ ਉਹ ਨੇ ਜਿਨ੍ਹਾਂ ਦੀਆਂ ਅੱਖਾਂ ਤੇ ਹੈ ਨੇ ਪਰ ਉਹ ਜੀਵਨ ਦੇ ਅਸਲ ਰਾਹ ਤੋਂ ਖੁੰਝੇ ਹੋਏ ਨੇ ਗੁਰਦੇਵ ਦਾ ਪਾਵਨ ਬਚਨ ਹੈ ਅੰਧਲੇ ਇਹ ਨਾ ਅੰਧੇ ਇਹ ਨਾ ਆਖੀ ਜਿਨ ਮੁਖ ਲੋਇਣ ਨਾ ਹੈ ਅੰਧੇ ਸੇ ਨਾਨਕਾ ਦੇ ਖਸਮੋ ਕੁੱਥੇ ਜਾ ਹੈ ਦੇਖੋ ਕਈ ਲੋਕਾਂ ਦੀਆਂ ਅੱਖਾਂ ਨਹੀਂ ਹਨ ਜਿਸ ਸੀ ਸਿਕ ਜਗਤਵਲ ਚਾਤ ਮਾਰੀਏ ਤਾਂ ਕਿੰਨੇ ਐਸੇ ਰਾਗੀ ਸਹਿਬਾਨ ਨੇ ਜਿਨ੍ਹਾਂ ਦੀਆਂ ਅੱਖਾਂ ਨਹੀਂ ਪਰ ਉਹ ਬਹੁਤ ਸੁੰਦਰ ਕੀਰਤਨ ਕਰਦੇ ਨੇ ਬਹੁਤ ਚੰਗੇ ਜੀਵਨ ਵਾਲੇ ਨੇ ਬਹੁਤ ਉਹਨਾਂ ਨੂੰ ਪਾਵਨ ਬਾਣੀ ਯਾਦ ਹੈ ਭਾਈ ਗੁਰਮੀਤ ਸਿੰਘ ਜੀ ਦੇਖੋ ਜਿਨ੍ਹਾਂ ਦੀਆਂ ਅੱਖਾਂ ਤਾਂ ਨਹੀਂ ਹਨ ਪਰ ਕਿਤਨਾ ਸੁੰਦਰ ਕੀਰਤਨ ਕਰਦੇ ਨੇ ਕਿਤਨੇ ਲੋਕਾਂ ਨੂੰ ਉਹਨਾਂ ਨੇ ਸੰਗੀਤ ਦੀ ਦਾਤ ਅੱਗੇ ਬਖਸ਼ਿਸ਼ ਕੀਤੀ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬ੍ਰੇਲ ਲਿਪੀ ਦੇ ਅੰਦਰ ਆਪ ਤਿਆਰ ਕੀਤਾ ਹੈ ਜਿਸ ਨੂੰ ਅੰधे ਮਨੁੱਖ ਵੀ ਪੜ ਸਕਣਗੇ ਤਾਂ ਇੱਕ ਤਾਂ ਜਿਸ ਦੀਆਂ ਅੱਖਾਂ ਨਹੀਂ ਉਹ ਏਡਾ ਵੱਡਾ ਕੰਮ ਕਰ ਰਿਹਾ ਤੇ ਦੂਜੇ ਪਾਸੇ ਅੱਖਾਂ ਵਾਲੇ ਨੇ ਜਿਨ੍ਹਾਂ ਨੂੰ ਪੰਜ ਪੌੜੀਆਂ ਜਪਜੀ ਸਾਹਿਬ ਵੀ ਯਾਦ ਨਹੀਂ ਜਿਨ੍ਹਾਂ ਨੂੰ ਗੁਰੂ ਸਾਹਿਬਾਨ ਦੇ ਨਾਮ ਯਾਦ ਨਹੀਂ ਤਾਂ ਅਸਲੀ ਅੰਨਾ ਕੌਣ ਹੋਇਆ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਜੋ ਅਗਿਆਨ ਕਰਕੇ ਅੰਧਾ ਹੋਇਆ ਫਿਰਦਾ ਹੈ ਨਾ ਜਿਹੜਾ ਅਗਿਆਨੀ ਹੈ ਇਸ ਨੂੰ ਜੀਵਨ ਦੇ ਰਾਹ ਦਾ ਹੀ ਨਹੀਂ ਪਤਾ ਉਹਨੂੰ ਕਿੰਨਾ ਭਵਨਾਂ ਦੀ ਸੂਝ ਹੋ ਜਾਂਦੀ ਹੈ ਉਹ ਤਿੰਨਾ ਭਵਨਾਂ ਦੇ ਅੰਦਰ ਵਿਆਪਕ ਰੱਬ ਨੂੰ ਵੇਖਦਾ ਹੈ ਔਰ ਉਹਨੂੰ ਜੀਵਨ ਦਾ ਸਹੀ ਮਾਰਗ ਨਜ਼ਰੀ ਪੈ ਜਾਂਦਾ ਹੈ ਉਹ ਜੀਵਨ ਦੇ ਸਹੀ ਰਾਹਾਂ ਤੇ ਤੁਰਦਾ ਹੈ ਕੌਣ ਜਿਹੜਾ ਅਗਿਆਨ ਕਰਕੇ ਅੰਧਾ ਸੀ ਜਦੋਂ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦਾ ਹੈ ਗਿਆਨ ਦੀ ਵਰਤੋਂ ਕਰਦਾ ਹੈ ਤਾਂ ਫਿਰ ਉਸ ਅਗਿਆਨੀ ਅੰधे ਨੂੰ ਵੀ ਤਿੰਨ ਆਪਮਨਾ ਦੀ ਸੂਝ ਹੋ ਜਾਂਦੀ ਹੈ ਗੁਰਪ੍ਰੇਤ ਪੁਨੀਤਾ ਔਰ ਗੁਰੂ ਨੂੰ ਮਿਲ ਕੇ ਜੋ ਨੀਵੇਂ ਜੀਵਨ ਵਾਲੇ ਲੋਕ ਨੇ ਉਹ ਵੀ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਨੇ ਤਾਂ ਇਹਦਾ ਮਤਲਬ ਹਰ ਇਨਸਾਨ ਦੇ ਅੰਦਰ ਇਹ ਪੌਸਿਬਿਲਟੀ ਹੈ ਹਰ ਇਨਸਾਨ ਦੇ ਅੰਦਰ ਇਹ ਸੰਭਾਵਨਾ ਹੈ ਕਿ ਉਹ ਤਿੰਨ ਆਪਮਨਾ ਦੇ ਵਿੱਚ ਵਿਆਪਕ ਪ੍ਰਭੂ ਨੂੰ ਤੱਕ ਸਕੇ ਉਹ ਮਹਾਨ ਪਵਿੱਤਰ ਜੀਵਨ ਵਾਲਾ ਬਣ ਸਕੇ ਲੇਕਿਨ ਜ਼ਰੂਰਤ ਤਾਂ ਇਸ ਚੀਜ਼ ਦੀ ਹੈ ਕਿ ਉਹ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣਾ ਸ਼ੁਰੂ ਕਰੇ ਅਗਲਾ ਵਚਨ ਕਰਦੇ ਨੇ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮਿੱਤਾ ਸਾਧੂ ਦਾ ਮਤਲਬ ਗੁਰੂ ਕਿ ਇਹ ਮੇਰੇ ਮਿੱਤਰ ਗੁਰੂ ਦੀ ਸੰਗਤ ਦੀ ਮਹਿਮਾ ਸਰਵਨ ਕਰ ਕਿ ਗੁਰੂ ਦੇ ਚਰਨਾਂ ਦੀ ਸ਼ਰਨ ਦੇ ਅੰਦਰ ਆਉਣ ਦੀ ਮਹਿਮਾ ਕੀ ਹੈ ਜਦੋਂ ਕੋਈ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦਾ ਨਾ ਗੁਰਮਤਿ ਆਸ਼ੀ ਅਨੁਸਾਰ ਜ਼ਿੰਦਗੀ ਜੀਂਦਾ ਹੈ ਤਾਂ ਉਹਨੂੰ ਕੀ ਕੁਝ ਪ੍ਰਾਪਤੀਆਂ ਹੁੰਦੀਆਂ ਨੇ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਦੀ ਮਹਾਨਤਾ ਕੀ ਹੈ ਸਰਵਨ ਕਰ ਗੁਰਦੇਵ ਕੰਧ ਨੇ ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ ਜਿਹੜਾ ਗੁਰੂ ਦੇ ਚਰਨਾਂ ਦੇ ਸ਼ਰਨ ਵਿੱਚ ਆਉਂਦਾ ਹੈ ਗੁਰੂ ਦੀ ਸੰਗਤ ਵਿੱਚ ਆਉਂਦਾ ਹੈ ਉਹਦਾ ਮਨ ਪਵਿੱਤਰ ਹੋ ਜਾਂਦਾ ਹੈ ਉਹਦੇ ਮਨ ਦੇ ਅੰਦਰੋਂ ਵਿਕਾਰਾਂ ਦੀ ਮੈਲ ਲੈ ਜਾਂਦੀ ਹੈ ਔਰ ਉਹਦੀ ਜ਼ਿੰਦਗੀ ਚੋਂ ਪਾਪ ਖਤਮ ਹੋ ਜਾਂਦੇ ਨੇ ਦੇਖੋ ਇਸ ਦੁਨੀਆ ਵਿੱਚ ਕਿੰਨੇ ਐਸੇ ਲੋਗ ਨੇ ਜੋ ਪਾਪ ਕਰਮ ਕਮਾਉਂਦੇ ਨੇ ਬਿਗਾਨੇ ਹੱਕ ਖਾਂਦੇ ਨੇ ਜੋ 2 ਨੰਬਰ ਦੇ ਧੰਦੇ ਕਰਦੇ ਨੇ ਰਿਸ਼ਵਤ ਖੋਰੀ ਹੈ ਜ਼ਬਰਦਿਨਾ ਦੇ ਕੇਸ ਐਸ ਦੁਨੀਆਂ ਵਿੱਚ ਆਮ ਵੇਖੇ ਜਾਂਦੇ ਨੇ ਡੁਪਲੀਕੇਟ ਦਵਾਈਆਂ ਨੇ ਜਾਂ ਮੇਹਰ ਤੀਰ ਦੀ ਵਿਤਕਰੇ ਨੇ ਜਾਤੀਵਾਦ ਆਦਿਕ ਹੈ ਇਹ ਸਾਰਾ ਕੁਝ ਪਾਪ ਹੀ ਹੈ ਨਾ ਔਰ ਇਹ ਪਾਪਾਂ ਦੀ ਮੈਲ ਮਨੁੱਖ ਦੇ ਜੀਵਨ ਦੇ ਵਿੱਚ ਭਰੀ ਪਈ ਹੈ ਗੁਰੂ ਜੀ ਕਹਿੰਦੇ ਨੇ ਜਦੋਂ ਕੋਈ ਗੁਰਬਾਣੀ ਦਾ ਅਧਿਐਨ ਕਰਦਾ ਹੈ ਗੁਰਬਾਣੀ ਅਨੁਸਾਰ ਜੀਵਨ ਜਿੰਦਾ ਹੈ ਯਾਨੀ ਗੁਰੂ ਗਿਆਨ ਦੀ ਅਗਵਾਈ ਵਿੱਚ ਤੁਰਦਾ ਹੈ ਨਾ ਤਾਂ ਉਹਦੀ ਜ਼ਿੰਦਗੀ ਦੇ ਅੰਦਰੋਂ ਪਾਪ ਖਤਮ ਹੋ ਜਾਂਦੇ ਨੇ ਉਹਨੂੰ ਫਿਰ ਸਮਝ ਪੈ ਜਾਂਦੀ ਹੈ ਚੰਗਾ ਜੀਵਨ ਕੀ ਹੈ ੁਰ ਮਾੜਾ ਕੀ ਹੈ ਪੁੰਨ ਕੀ ਹੈ ਪਾਪ ਕੀ ਹੈ ਧਰਮ ਕੀ ਹੈ ਅਧਰਮ ਕੀ ਹੈ ਫਿਰ ਉਸ ਮੈਲੇ ਕਰਮਾਂ ਨੂੰ ਛੱਡ ਦਿੰਦਾ ਹੈ ਔਰ ਪਾਵਨ ਪਵਿੱਤਰ ਵਾਲਾ ਜੀਵਨ ਵਾਲਾ ਬਣ ਜਾਂਦਾ ਹੈ ਜਿਵੇਂ ਕੋਡਾ ਪੀਲ ਹੈ ਜਿਵੇਂ ਸ਼ੇਖ ਸੱਜਣ ਹੈ ਭੂਮੀਆਂ ਚੋਰ ਹੈ ਹੋਰ अनेका ਐਸੇ ਮਸਾਲਾ ਦਿੱਤਾ ਜਾ ਸਕਦੀਆਂ ਨੇ ਕਿ ਜਿਨ੍ਹਾਂ ਦਾ ਜੀਵਨ ਪਹਿਲਾਂ ਬੜਾ ਮਾੜਾ ਸੀ ਪਰ ਗੁਰੂ ਚਰਨਾਂ ਦੀ ਸ਼ਰਨ ਲੈਣ ਕਰਕੇ ਉਹ ਮਹਾਨ ਪਵਿੱਤਰ ਜੀਵਨ ਵਾਲੇ ਬਣ ਗਏ ਤਾਂ ਇਸ ਲਈ ਸਾਨੂੰ ਗੁਰੂ ਜੀ ਨਿਰਾਸ਼ਾਵਾਦ ਤੋਂ ਕੱਢ ਰਹੇ ਨੇ ਕਿ ਭੱਲਿਆ ਜੇਤੀ ਰ ਜਿੰਦਗੀ ਦੇ ਅੰਦਰ ਕੁਝ ਦੋਸ਼ ਨੇ ਪਾਪ ਨੇ ਤੇਰੇ ਅੰਦਰ ਮੇਰ ਤੇਰ ਉਰੀਰਖਾ ਦੁਸ਼ਤ ਦੀ ਮੈਲ ਐ ਔਰ ਤੂੰ ਮੈਲ ਦੇ ਨਾਲ ਮੈਲਾ ਹੋਇਆ ਪਿਆ ਤੇਰੀ ਸੋਚ ਮੈਲੀ ਤੇਰੇ ਬੋਲ ਮੈਲੇ ਤੇਰੇ ਕਰਮ ਮੈਲੇ ਨੇ ਤਾਂ ਜੇ ਤੂੰ ਵੀ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਐਂ ਤਾਂ ਤੂੰ ਵੀ ਮਹਾਨ ਹੋ ਸਕਦਾ ਹੈ ਪਾਵਨ ਪਵਿੱਤਰ ਜੀਵਨ ਵਾਲਾ ਹੋ ਸਕਦਾ ਨਿਰਮਲ ਪਹਿਚੀਤਾ ਤੇਰਾ ਵੀ ਚਿੱਤ ਨਿਰਮਲ ਹੋ ਸਕਦਾ ਹੈ ਤੇਰੀ ਸੋਚ ਸਾਫ ਸੁਥਰੀ ਹੋ ਸਕਦੀ ਹੈ ਐਸੀ ਭਗਤ ਗੋਵਿੰਦ ਕੀ ਕੀਟ ਹਸਤੀ ਜੀਤਾ ਗੁਰੂ ਜੀ ਕਹਿੰਦੇ ਨੇ ਸਾਧ ਸੰਗਤ ਵਿੱਚ ਆ ਕੇ ਜੋ ਪ੍ਰਭੂ ਦੀ ਭਗਤੀ ਹੈ ਨਾ ਯਾਨੀ ਰੱਬ ਦੀ ਸਿਫਤ ਸਲਾਹ ਹੈ ਇਹ ਹੈਰਾਨ ਕਰ ਦੇਣ ਵਾਲੀ ਹੈ ਇਹਦੀ ਬਰਕਤ ਦੇ ਨਾਲ ਕੀੜੀ ਹਾਥੀ ਨੂੰ ਜਿੱਤ ਲੈਂਦੀ ਹੈ ਹੁਣ ਕੀੜੀ ਇੱਥੇ ਕਿਹਾ ਜਾ ਜਾਂਦਾ ਹੈ ਨਿਮਰਤਾ ਨਿਮਰਤਾ ਨੂੰ ਤੇ ਹਾਥੀ ਦਾ ਮਤਲਬ ਹੰਕਾਰ ਨਿਮਰਤਾ ਹਾਥੀ ਨੂੰ ਜਿੱਤ ਲੈਂਦੀ ਏ ਭਾਵ ਕਿ ਮਨੁੱਖ ਦੀ ਜ਼ਿੰਦਗੀ ਵਿੱਚ ਈਗੋ ਹੈ ਨਾ ਹੰਕਾਰ ਹੈ ਅਸੀਂ ਆਪਣੀ ਈਗੋ ਕਰਕੇ ਦੂਜੇ ਨੂੰ ਬਰਾਬਰ ਦਾ ਸਮਝਦੇ ਹੀ ਨਹੀਂ ਕਿੰਨੇ ਸਾਰੇ ਐਸੇ ਲੋਕ ਨੇ ਐਸ ਦੁਨੀਆ ਵਿੱਚ ਜੋ ਹੰਕਾਰ ਦੀ ਵਰਤੀ ਕਰਕੇ ਦੂਜੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਨੇ ਆਪਣੇ ਆਪ ਨੂੰ ਉੱਚਾ ਸਮਝਦੇ ਨੇ ਦੂਜਿਆਂ ਨੂੰ ਨੀਵਾ ਕਰਕੇ ਜਾਣਦੇ ਨੇ ਆਪਸ ਕੋ ਦੀਰਘ ਕਰ ਜਾਨੈ ਔਰਨ ਕੋ ਲਗਮਾਤ ਮਨਸਾ ਬਾਚਾ ਕਰਮਨਾ ਮੈਂ ਦੇਖੀ ਦੂਜਕ ਜਾਤ ਹੰਕਾਰੀ ਮਨੁਖ ਆਪਣੇ ਆਪ ਨੂੰ ਸਭ ਤੋਂ ਸੁੰਦਰ ਸਭ ਤੋਂ ਵਿਦਵਾਨ ਸਭ ਤੋਂ ਅਮੀਰ ਸਭ ਤੋਂ ਗੁਣਵਾਨ ਸਭ ਤੋਂ ਭਲਾ ਸਮਝਦਾ ਹੈ ਔਰ ਉਹਦੇ ਮਨ ਦੇ ਅੰਦਰ ਕੁਲੀਖਾ ਪਿਆ ਹੁੰਦਾ ਹੈ ਕਿ ਸ਼ਾਇਦ ਇਹ ਦੁਨੀਆ ਮੇਰੇ ਘਰ ਕੀ ਚੱਲ ਰਹੀ ਹੈ ਅੱਜ ਦੀ ਦੁਨੀਆ ਵਿੱਚ ਹਰ ਇਟ ਨੂੰ ਇਹ ਪੁਲੀਖਾ ਹੈ ਕਿ ਇਹ ਮਹਿਲ ਇਚਵਾਰਾ ਮੇਰੇ ਸਿਰ ਦੇ ਉੱਤੇ ਹੀ ਖੜਾ ਹੈ ਹੰਕਾਰੀ ਬੰਦੇ ਦਾ ਆਪਣੇ ਪਰਿਵਾਰ ਦੇ ਨਾਲ ਤਾਲਮੇਲ ਨਹੀਂ ਬਿੰਦਾ ਹੰਕਾਰੀ ਬੰਦੇ ਦਾ ਤਾਲਮੇਲ ਸਮਾਜ ਦੇ ਨਾਲ ਵੀ ਨਹੀਂ ਬਿੰਦਾ ਹੰਕਾਰੀ ਬੰਦੇ ਦਾ ਗੁਰੂ ਦੇ ਨਾਲ ਪ੍ਰਭੂ ਦੇ ਨਾਲ ਤਾਲਮੇਲ ਨਹੀਂ ਬਿੰਦਾ ਹੰਕਾਰੀ ਬੰਦਾ ਆਪਣੇ ਹੰਕਾਰ ਦੇ ਕੰਡੇ ਕਰਕੇ ਹਮੇਸ਼ਾ ਹੀ ਦੁਖੀ ਰਹਿੰਦਾ ਹੈ ਕਦੇ ਤੁਸੀਂ ਅਹੰਕਾਰੀ ਬੰਦੇ ਨੂੰ ਦੇਖੋ ਉਹ ਘਰੋਂ ਇੰਨੀ ਸਪੀਡ ਦੇ ਨਾਲ ਨਿਕਲੇਗਾ ਜਿਵੇਂ ਸਾਹਮਣੇ ਕੰਦ ਨੂੰ ਟੱਕਰ ਮਾਰਨੀ ਹੋਵੇ ਸਾਫ਼ ਸੜਕ ਦੇ ਉੱਤੇ ਹੰਕਾਰੀ ਮਨੁੱਖ ਐਵੇਂ ਟੱਪ ਟੱਪ ਕੇ ਤੁਰਦਾ ਜਿਵੇਂ ਉਹਦੇ ਪੈਰਾਂ ਵਿੱਚ ਸਪ੍ਰਿੰਗ ਲੱਗੇ ਹੋਣ ਤੇ ਉਹ ਨਛਾਲ ਮਾਰ ਕੇ ਕੋਠੇ ਤੇ ਚੜਨਾ ਹੋਵੇ ਹੰਕਾਰੀ ਮਨੁੱਖ ਬਾਜ਼ਾਰ ਵਿੱਚ ਜਾਂਦਾ ਹੈ ਬਾਜ਼ਾਰ ਸੌੜਾ ਹੋ ਜਾਂਦਾ ਹੈ ਹੰਕਾਰੀ ਚੌੜਾ ਹੋ ਜਾਂਦਾ ਹੈ ਹੰਕਾਰ ਹੀ ਬੰਦਾ ਚਾਰ ਬੰਦਿਆਂ ਦੇ ਅੰਦਰ ਇੰਜ ਆਕੜ ਕੇ ਖਲੋਤਾ ਹੁੰਦਾ ਜਿਵੇਂ ਦੁਸ਼ਹਿਰੇ ਦੀ ਸ਼ਾਮ ਨੂੰ 라ਵਨ ਦਾ ਬੁੱਤ ਖਿਲਾ ਰਿਆ ਹੁੰਦਾ ਤੇ ਇਸ ਹੰਕਾਰ ਨੇ ਸਾਡੇ ਕਿੰਨੇ ਰਿਸ਼ਤੇ ਨਾਤੇ ਤੋੜੇ ਨੇ ਕਿੰਨੇ ਪਿਆਰੇ ਮਿੱਤਰਾਂ ਤੋਂ ਵਿਛੋੜੇ ਪਏ ਨੇ ਕਿੰਨੇ ਸਾਰੇ ਪਰਿਵਾਰ ਬਿਖਰੇ ਨੇ ਤੇ ਇਸ ਹੰਕਾਰ ਨੇ ਸਾਡੇ ਆਤਮ ਵਿਕਾਸ ਦੇ ਅੰਦਰ ਕਿੱਡਾ ਵੱਡਾ ਰੂੜਾ ਅਟਕਾਇਆ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਕੋਈ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਨਾ ਰੱਬੀ ਗੁਣ ਗਾਉਂਦਾ ਹੈ ਤਾਂ ਉਦੋਂ ਕੀੜੀ ਜਿਹੜੀ ਜੋ ਨਿਮਰਤਾ ਹੈ ਉਹ ਹੰਕਾਰ ਨੂੰ ਜਿੱਤ ਲੈਂਦੀ ਹੈ ਭਾਵ ਬੰਦੇ ਦੇ ਅੰਦਰੋਂ ਈਗੋ ਖਤਮ ਹੋ ਜਾਂਦੀ ਹੈ ਔਰ ਉਹਦੇ ਅੰਦਰ ਨਿਮਰਤਾ ਆ ਜਾਂਦੀ ਹੈ ਔਰ ਨਿਮਰਤਾ ਹੀ ਸਾਰੇ ਗੁਣਾ ਦਾ ਭੰਡਾਰ ਹੈ ਜਿੱਥੇ ਨਿਮਰਤਾ ਹੈ ਉੱਥੇ ਮਿਠਾਸ ਹੈ ਜਿੱਥੇ ਨਿਮਰਤਾ ਹੈ ਉੱਥੇ ਗੁਣ ਨੇ ਜਿੱਥੇ ਨਿਮਰਤਾ ਹੈ ਉੱਥੇ ਜੀਵਨ ਦਾ ਤਤਸਾਰ ਹੈ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਅਗਲਾ ਵਚਨ ਕਰਦੇ ਨੇ ਜੋ ਜੋ ਕੀਨੋ ਆਪ ਨੂੰ ਤਿਸ ਅਪੈਦਾਨ ਦਿੱਤਾ ਜਿਨ੍ਹਾਂ ਨੂੰ ਪ੍ਰਭੂ ਨੇ ਆਪਣਾ ਕਰ ਲਿਆ ਉਹਨਾਂ ਨੂੰ ਪ੍ਰਭੂ ਨੇ ਨਿਰਪੈਤਾ ਦੀ ਦਾਤ ਦੇ ਦਿੱਤੀ ਹੁਣ ਇਥੇ ਚੀਜ਼ ਸਮਝਣ ਵਾਲੀ ਹੈ ਜਿਨ੍ਹਾਂ ਨੂੰ ਪ੍ਰਭੂ ਨੇ ਆਪਣਾ ਕਰ ਲਿਆ ਉਹਨਾਂ ਨੂੰ ਨਿਰਪੈਤਾ ਦੀ ਦਾਤ ਦਿੱਤੀ ਉਹਨਾਂ ਦੀ ਜ਼ਿੰਦਗੀ ਚੋਂ ਭੈ ਮੁੱਕ ਗਿਆ ਉਹਨਾਂ ਕਿਸੇ ਨੂੰ ਡਰਾਣਗੇ ਨਾ ਕਿਸ ਤੋਂ ਡਰਨਗੇ ਨਾ ਜ਼ੁਲਮ ਕਰਨਗੇ ਨਾ ਜ਼ੁਲਮ ਸਹਾਰਨਗੇ ਉਹ ਆਪ ਵੀ ਜੀਣਗੇ ਉਹ ਦੂਜੇ ਨੂੰ ਹੀ ਜੀਣ ਦਾ ਅਫਸਰ ਦੇਣਗੇ ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਕਰ ਲਿਆ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪ੍ਰਭੂ ਆਪਣੇ ਕਿੰਨਾਂ ਨੂੰ ਕਰੇਗਾ ਪ੍ਰਭੂ ਆਪਣੇ ਉਹਨਾਂ ਨੂੰ ਹੀ ਕਰੇਗਾ ਨਾ ਜੋ ਪ੍ਰਭੂ ਦੇ ਹੋਣਾ ਚਾਣਗੇ ਜੋ ਪ੍ਰਭੂ ਦੀ ਸ਼ਰਨ ਵਿੱਚ ਆਉਣਗੇ ਜੋ ਆਪਣੀ ਈਗੋ ਨੂੰ ਤਿਆਗਣਗੇ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਣ ਲਈ ਤਿਆਰ ਹੋਣਗੇ ਜੂਈ ਵਾਦਾ ਕਰੇ ਕਿ ਪਾਤਸ਼ਾਹ ਮੈਂ ਆਪਣੀ ਮਤ ਛੱਡ ਕੇ ਤੁਹਾਡੀ ਮਤ ਦਾ ਆਧਾਰ ਨਹੀਂ ਹੁੰਦਾ ਹਾਂ ਹੁਣ ਅਸੀਂ ਮੱਥਾ ਟੇਕਦੇ ਆ ਨਾ ਰੋਜ਼ ਗੁਰੂ ਸਾਹਿਬ ਨੂੰ ਮੱਥਾ ਟੇਕਣ ਦਾ ਮਤਲਬ ਇਹ ਹੈ ਕਿ ਅਸੀਂ ਪ੍ਰੋਮਿਸ ਕਰ ਰਹੇ ਹਾਂ ਕਿ ਇਹ ਪਾਤਸ਼ਾਹ ਮੈਂ ਆਪਣੇ ਮਨ ਦੀ ਮਤ ਤਿਆਗ ਕੇ ਤੁਹਾਡੇ ਦੱਸੇ ਰਾਹਾਂ ਤੇ ਤੁਰਾਂਗਾ ਤੁਹਾਡੀ ਫਿਲਾਸਫੀ ਤੁਹਾਡੀ ਵਿਚਾਰਧਾਰਾ ਤੁਹਾਡੇ ਸਿਧਾਂਤਾਂ ਨੂੰ ਮੈਂ ਸਿਰ ਮੱਥੇ ਤੇ ਮੰਨਾਂਗਾ ਤਾਂ ਜੋ ਪ੍ਰਭੂ ਦਾ ਹੋਣਾ ਚਾਹੇਗਾ ਜੋ ਆਪਣੇ ਆਪ ਨੂੰ ਆਪਣੇ ਆਪੇ ਨੂੰ त्यागेगा ਉਹ ਪ੍ਰਭੂ ਦਾ ਹੋ ਜਾਏਗਾ ਤੇ ਜਿਹੜਾ ਪ੍ਰਭੂ ਦਾ ਹੋ ਗਿਆ ਉਹਨੂੰ ਅਪੈ ਪਦਵੀ ਮਿਲ ਜਾਏਗੀ ਉਹਦੀ ਜ਼ਿੰਦਗੀ 'ਚ ਕੋਈ ਡਰ ਨਹੀਂ ਰਹੇਗਾ ਕਿਉਂਕਿ ਡਰ ਦਾ ਹਮੇਸ਼ਾ ਉਹ ਹੈ ਜੋ ਪਾਪ ਕਮੰਦ ਹੈ ਸੋ ਡਰੇ ਜੇ ਪਾਪ ਕਮੰਦਾ ਧਰਮੀ ਵਿਗਸੇਤ ਨਿਰਪਉ ਜਪੈ ਸਗਲ ਪਉ ਮਿਟੈ ਪ੍ਰਭ ਕਿਰਪਾ ਤੇ ਰਾਣੀ ਛੁੱਟੇ ਸਿੰਘ ਬਿਲਾਈ ਹੋਇ ਗयो ਤ੍ਰਿਣਮੇਰ ਦਿਖੀਤਾ ਗੁਰੂ ਦੀ ਸੰਗਤ ਦੀ ਬਰਕਤ ਦੇ ਨਾਲ ਜੋ ਸ਼ੇਰ ਹੈ ਨਾ ਹੰਕਾਰ ਹੈ ਉਹ ਬਿੱਲੀ ਬਣ ਜਾਂਦਾ ਹੈ ਭਾਵ ਕਿ ਹੰਕਾਰ ਬੰਦੇ ਦੀ ਜ਼ਿੰਦਗੀ ਚੋਂ ਨਿਕਲ ਜਾਂਦਾ ਹੈ ਔਰ ਉਹਦੀ ਜ਼ਿੰਦਗੀ ਦੇ ਅੰਦਰ ਨਿਮਰਤਾ ਆ ਜਾਂਦੀ ਹੈ ਤ੍ਰਿਣਮੇਰ ਦਿਖੀਤਾ ਤੇ ਤੀਲਾ ਸਵੇਰ ਪਰਵਤ ਵਰਗੀ ਵੱਡੀ ਤਾਕਤ ਦਿਸਣ ਲੱਗ ਪੈਂਦਾ ਹੈ ਤੀਲੇ ਦਾ ਮਤਲਬ ਗਰੀਬੀ ਸੁਭਾ ਨਿਮਰਤਾ ਵਾਲਾ ਸੁਭਾ ਬਹੁਤ ਵੱਡੀ ਤਾਕਤ ਬਣ ਕੇ ਮਨੁੱਖ ਦੇ ਨਾਲ ਖੜਾ ਹੋ ਜਾਂਦਾ ਹੈ ਤੇ ਗੁਰਦੇਵ ਪਾਤਸ਼ਾਹ ਨੇ ਪਾਵਨ ਬਾਣੀ ਦੇ ਵਿੱਚ ਬਚਨ ਵੀ ਕੀਤਾ ਹੈ ਨਾ ਗਰੀਬੀ ਗਦਾ ਹਮਾਰੀ ਕੰਨਾ ਸਗਲ ਰੇਨ ਛਾਰੀ ਇਸ ਆਗੇ ਕੋ ਨਾ ਟਿਕੇ ਵਿਕਾਰੀ ਨਿਮਰਤਾ ਇੱਕ ਐਸਾ ਗੁਣ ਹੈ ਜਿਸ ਦੀ ਜ਼ਿੰਦਗੀ ਵਿੱਚ ਨਿਮਰਤਾ ਆ ਜਾਏ ਨਾ ਬਾਕੀ ਸਾਰੇ ਗੁਣ ਆਉਣ ਦੀ ਸੰਭਾਵਨਾ ਬਣ ਜਾਂਦੀ ਹੈ ਜਿਵੇਂ ਬਰਸਾਤ ਹੁੰਦੇ ਆ ਟਿੱਬੇ ਖਾਲੀ ਰਹਿ ਜਾਂਦੇ ਨੇ ਨੀਵੀਆਂ ਥਾਵਾਂ ਤੇ ਪਾਣੀ ਭਰ ਜਾਂਦਾ ਹੈ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਈਗੋ ਹੈ ਉਹ ਇਸ ਤਰ੍ਹਾਂ ਖਾਲੀ ਰਹਿ ਜਾਂਦੇ ਨੇ ਸ਼ੁਭ ਗੁਨਾ ਤੋਂ ਜਿਵੇਂ ਬਰਸਾਤ ਹੁੰਦੇ ਆ ਟਿੱਬੇ ਖਾਲੀ ਰਹਿ ਜਾਂਦੇ ਨੇ ਫਰੀਦਾ ਗਰਭ ਜਿਨ੍ਹਾਂ ਵਡਿਆਈਆਂ ਤਨ ਰੂਪਨ ਆਗਾ ਖਾਲੀ ਚੱਲੇ ਤਣੀ ਸਿਓ ਟਿੱਬੇ ਜਿਉ ਮਿਹਾ ਹਾ ਤਾਂ ਜੋ ਹੰਕਾਰ ਹੈ ਉਹ ਨਿਮਰਤਾ ਦੇ ਅੰਦਰ ਬਦਲ ਜਾਂਦਾ ਹੈ ਜਦੋਂ ਮਨੁੱਖ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦਾ ਹੈ। శ్రమ ਕਰਤੇ ਦਮ ਆਢ ਕੋ ਤੇ ਗਨੀਤ ਨੀਤਾ ਜਿਹੜੇ ਮਨੁੱਖ ਪਹਿਲਾਂ ਅਦੀ ਅਦੀ ਕੋਡੀ ਵਾਸਤੇ ੱੱਕੇ ਖਾਂਦੇ ਫਿਰਦੇ ਸਨ ਉਹ ਦੌਲਤ ਮਨ ਤਨਾਟ ਬਣ ਜਾਂਦੇ ਨੇ। ਭਾਵ ਮਾਇਆ ਵੱਲੋਂ ਉਹ ਬੇਮੁਖਤਾਜ ਹੋ ਜਾਂਦੇ ਨੇ। ਉਹਨਾਂ ਦੇ ਉੱਤੇ ਮਾਇਆ ਆਦਿਕ ਦਾ ਪ੍ਰਭਾਵ ਨਹੀਂ ਰਹਿੰਦਾ। ਉਹਨਾਂ ਦੇ ਅੰਦਰ ਐਸੀ ਜੁਰਰਤ اخਲਾਕੀ ਜੁਰਰਤ ਪੈਦਾ ਹੁੰਦੀ ਹੈ। ਉਨ੍ਹਾਂ ਦੇ ਅੰਦਰ ਐਸੀ ਵਿਲ ਪਾਵਰ ਪੈਦਾ ਹੁੰਦੀ ਹੈ। ਉਨ੍ਹਾਂ ਦੇ ਅੰਦਰ ਐਸੇ ਗੁਣ ਆ ਜਾਂਦੇ ਨੇ ਉਹ ਐਸੇ ਸੰਤੋਖੀ ਹੋ ਜਾਂਦੇ ਨੇ ਕਿ ਉਹ ਫਿਰ ਮਾਇਆ ਵਾਸਤੇ ੱਤੇ ਨਹੀਂ ਖਾਂਦੇ। ਉਨ੍ਹਾਂ ਦੀ ਜ਼ਿੰਦਗੀ ਅੰਦਰ ਪ੍ਰਭੂ ਪਿਆਰ ਹੈ। ਉਨ੍ਹਾਂ ਦੇ ਜੀਵਨ ਵਿੱਚ ਉੱਚਾ ਆਚਰਨ ਔਰ ਉੱਚਾ ਉਹਨਾਂ ਦਾ ਆਦਰਸ਼ ਹੈ ਤੇ ਉਹਨਾਂ ਨੂੰ ਦਮੜੇ ਦਮੜੇ ਵਾਸਤੇ ਜੋ ਦੀਨ ਵਿੱਚ ਦੇ ਫਿਰਦੇ ਨੇ ਉਹ ਲੋਕ ਅਸਲੀ ਧਰਮੀ ਹੋ ਨਿਬੜਦੇ ਨੇ। ਜਦੋਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਂਦੇ ਨੇ ਅਸੀਂ ਦੇਖਦੇ ਹਾਂ ਆਮ ਜੋ ਮਨੁੱਖ ਹੈ ਜਿਸ ਨੇ ਦੁਨਿਆਵੀ ਪਦਾਰਥਾਂ ਨੂੰ ਆਪਣੀ ਜ਼ਿੰਦਗੀ ਦਾ ਗੋਲ ਬਣਾ ਲਿਆ ਹੁੰਦਾ ਹੈ ਨਾ ਤਾਂ ਉਹ ਚਾਰ-ਚਾਰ ਛਿਲੜਾਂ ਪਾਸੇ ਪਿੱਛੇ ਆਪਣੀ ਜ਼ਮੀਰ ਵੇਚਦੇ ਫਿਰਦੇ ਨੇ ਅ ਦੇਖ ਲੋ ਜਦੋਂ ਵੋਟਾਂ ਆਉਂਦੀਆਂ ਨੇ ਲੋਕ ਇੱਕ ਇੱਕ ਬੋਤਲ ਸ਼ਰਾਬ ਪਿੱਛੇ ਵੋਟਾਂ ਦੇ ਦਿੰਦੇ ਨੇ ਤੇ ਫਿਰ 5 ਸਾਲ ਤੱਕੇ ਖਾਂਦੇ ਨੇ ਔਰ ਫਿਰ ਕਹਿੰਦੇ ਨੇ ਸਰਕਾਰਾਂ ਸਾਡੀਆਂ ਸੁਣਦੀਆਂ ਨਹੀਂ ਉਹ ਭਲਿਓ ਜਿਹੜੀ ਬੋਤਲ-ਬੋਤਲ ਸ਼ਰਾਬ ਲੈ ਕੇ ਤੁਸੀਂ ਜਿਨ੍ਹਾਂ ਨੂੰ ਵੋਟ ਦਿੱਤੇ ਨੋ ਪਹਿਲਾਂ ਆਪਣੇ ਸ਼ਰਾਬ ਦੇ ਪੈਸੇ ਪੂਰੇ ਕਰਨਗੇ ਉਹ ਤੁਹਾਡਾ ਕੀ ਪਰਉਪਕਾਰ ਕਰਨਗੇ ਕਿਉਂਕਿ ਤੁਸੀਂ ਆਪਣੀ ਵੋਟ ਦੀ ਕੀਮਤ ਲੈ ਚੁੱਕੇ ਹੋ ਯਾਨੀ ਲੋਕ ਵੋਟ ਵੇਚ ਰਹੇ ਨੇ ਦੇਖਦੇ ਹਾਂ ਦੁਨੀਆ ਦੇ ਅੰਦਰ ਲੋਕ ਧਰਮ ਵੇਚ ਰਹੇ ਨੇ ਧਰਮ ਨੂੰ ਦੁਕਾਨਦਾਰੀ ਬਣਾ ਦਿੱਤਾ ਹੈ ਲੋਕ ਇਨਸਾਨੀਅਤ ਵੇਚ ਦਿੰਦੇ ਨੇ ਲੋਕ ਆਪਣੀ ਜ਼ਮੀਰ ਤੱਕ ਵੇਚ ਦਿੰਦੇ ਨੇ ਇਸੇ ਨੂੰ ਕਹਿੰਦੇ ਨੇ ਸ਼ਰਮ ਕਰ ਤੇ ਦਮ ਆੜ ਕੋ ਕਿ ਦਮੜੀ ਦਮੜੀ ਪਿੱਛੇ ਲੋਕ ਦੀਨ ਈਮਾਨ ਵੇਚਦੇ ਫਿਰਦੇ ਨੇ ਚੰਦ ਪੈਸਿਆਂ ਪਿੱਛੇ ਲੋਕ ਕਤਲ ਕਰਦੇ ਫਿਰਦੇ ਨੇ ਚੋਰੀਆਂ ਕਰਦੇ ਨੇ ਦੋ ਨੰਬਰ ਦੇ ਧੰਦੇ ਕਰਦੇ ਨੇ ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤੇ ਗਨੀ ਤਨੀਤਾ ਜਦੋਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਨੇ ਉਹਨਾਂ ਨੂੰ ਸਮਝ ਪੈਂਦੀ ਹੈ ਫਿਰ ਉਹ ਤਨਮਾਨ ਹੋ ਜਾਂਦੇ ਨੇ ਯਾਨੀ ਉਹ ਦਮੜੀ ਦਮੜੀ ਪਿੱਛੇ ਫਿਰ ਵਿਕਦੇ ਨਹੀਂ ਉਹਨਾਂ ਨੂੰ ਫਿਰ ਖਰੀਦਿਆ ਨਹੀਂ ਜਾ ਸਕਦਾ ਉਹਨਾਂ ਨੂੰ ਸੱਚ ਦੇ ਰਾਹਾਂ ਤੋਂ ਢੁਲਾਇਆ ਨਹੀਂ ਜਾ ਸਕਦਾ ਛੋਟੇ ਸਾਹਿਬ ਜਿਆਦਿਆਂ ਨੂੰ ਕਿਹਾ ਜਾਂਦਾ ਨਾ ਕਿ ਤੁਸੀਂ ਛੱਡ ਦਿਓ ਸਿੱਖੀ ਦਾ ਰਾਹ ਸੱਚ ਦਾ ਰਾਹ ਤੁਹਾਨੂੰ ਬੇਗਮਾਂ ਦੇ ਡੋਲੇ ਦਿੱਤੇ ਜਾਣਗੇ ਤੁਹਾਨੂੰ ਤੰਦੌਲ ਦਿੱਤਾ ਜਾਏਗਾ ਤੁਸੀਂ ਰਾਜੇ ਬਾਦਸ਼ਾਹ ਬਣ ਜਾਓਗੇ ਲੇਕਿਨ ਉਹ ਦਮੜਿਆਂ ਦੇ ਅੱਗੇ ਝੁਕਦੇ ਨਹੀਂ ਹਨ ਕਿਸੇ ਡਰਾਵੇ ਤੋਂ ਡਰਦੇ ਨਹੀਂ ਹਨ ਕਿਉਂ ਕਿ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਸੂਝ ਹੈ ਸਮਝ ਹੈ ਸੱਚ ਦੇ ਨਾਲ ਉਹ ਇੱਕਮਿਕ ਹੋਏ ਨੇ ਉਹਨਾਂ ਦੇ ਅੰਦਰ ਪ੍ਰਭੂ ਗਿਆਨ ਹੈ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਨੇ ਅਸਲੀ ਤਨਵਾਨ ਉਹੀ ਨੇ ਉਹੀ ਤਨਵੰਤ ਹੈ ਉਹੀ ਪਤਵੰਤ ਹੈ ਜਿਸ ਦੇ ਹਿਰਦੇ ਦੇ ਅੰਦਰ ਰੱਬੀ ਗੁਣ ਨੇ ਅਖੀਰਲੇ ਬਚਨ ਗੁਰਦੇ ਪਾਤਸ਼ਾਹ ਕਰਕੇ ਸਾਨੂੰ ਸਮਝਾ ਰਹੇ ਨੇ ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ ਹੀ ਮਿੱਤਰ ਗੁਰੂ ਦੀ ਸੰਗਤ ਵਿੱਚੋਂ ਮਿਲੇ ਗੁਣਾ ਦੀ ਮਿਲੇ ਜੀਵਨ ਦੀ ਮੈਂ ਕਿਹੜੀ ਕਿਹੜੀ ਵਡਿਆਈ ਆਖਾਂ ਬੇਅੰਤ ਗੁਣਿਤਾ ਪ੍ਰਭੂ ਦੇ ਜੋ ਅਨੰਤ ਗੁਣ ਨੇ ਅਨੰਤ ਗੁਣਾ ਦਾ ਮਾਲਕ ਹੈ ਉਹ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚੋਂ ਜੋ ਸਾਨੂੰ ਦਾਤ ਮਿਲਦੀ ਹੈ ਨਾ ਗੁਰੂ ਦੇ ਗਿਆਨ ਨੂੰ ਹਾਸਲ ਕਰਕੇ ਗਿਆਨ ਮੁਤਾਬਕ ਜ਼ਿੰਦਗੀ ਜੀਣਿਆ ਜੋ ਮਹਾਨਤਾ ਮਿਲਦੀਆਂ ਨੇ ਉਹਨਾਂ ਦੀ ਕੋਈ ਗਿਣਤੀ ਨਹੀਂ ਹੋ ਸਕਦੀ ਅਨੰਤ ਗੁਣ ਨੇ ਗੁਰੂ ਦੇ ਚਰਨਾਂ ਵਿੱਚ ਅਨੰਤ ਦਾਤਾਂ ਨੇ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਦੇ ਨਾਲ ਕਿ ਪਿਆਰਿਆ ਜੇ ਤੂੰ ਹੀ ਗੁਰੂ ਦੇ ਚਰਨਾਂ ਦੀ ਸ਼ਰਨ ਲੈਂ ਗੁਰੂ ਦੀ ਪਾਵਨ ਬਾਣੀ ਪੜ੍ਹੇ ਵਿਚਾਰੇ ਗੁਰਬਾਣੀ ਮੁਤਾਬਕ ਜ਼ਿੰਦਗੀ ਜਾਂ ਜੀਵੇ ਤਾਂ ਤੇਰੇ ਅੰਦਰ ਸੰਭਾਵਨਾ ਹੈ ਤੂੰ ਅਨੰਤ ਗੁਣਾ ਦਾ ਮਾਲਕ ਹੋ ਸਕਦਾ ਤੈਨੂੰ ਤਿੰਨਾ ਭਵਨਾ ਦੀ ਸੂਝ ਹੋ ਸਕਦੀ ਹੈ ਤੂੰ ਮਹਾਨ ਉੱਚੀਆਂ ਆਤਮਿਕ ਚੜ੍ਹਾਇਆਂ ਚੜ੍ਹ ਸਕਦਾ ਕਰ ਕਿਰਪਾ ਮੁਹੇ ਨਾਮ ਦੇਹੋ ਨਾਨਕ ਦਰਸ ਰੀਤਾ ਰੀਤਾ ਦਾ ਮਤਲਬ ਗੁਲਾਮ ਸੇਵਕ ਗੁਰੂ ਪਾਤਸ਼ਾਹ ਕਹਿੰਦੇ ਨੇ ਹੀ ਪ੍ਰਭੂ ਰਹਿਮਤ ਕਰ ਮੈਨੂੰ ਆਪਣੇ ਨਾਮ ਦੀ ਦਾਤ ਦੇ ਆਪਣੇ ਗੁਣਾਂ ਦੀ ਦਾਤ ਦੇ ਆਪਣੇ ਹੁਕਮ ਦੀ ਸੂਝ ਬਖਸ਼ ਆਪਣੇ ਹੁਕਮ ਦੀ ਸੂਝ ਬਖਸ਼ ਤੇਰੀ ਜੋ ਨਿਜਮਾਵਲੀ ਹੈ ਉਹਦੇ ਅੰਦਰ ਮੈਂ ਚੱਲ ਸਕਾਂ ਤੇਰੇ ਗੁਣਾਂ ਦਾ ਮੈਂ ਧਾਰਨੀ ਹੋ ਸਕਾਂ ਮੈਂ ਤੇਰੇ ਦਰ ਦਾ ਗੁਲਾਮ ਹਾਂ ਯਾਨੀ ਮੈਂ ਤੇਰੇ ਦਰ ਦਾ ਹੀ ਊਠ ਰਸਤਰਾ ਲੈਂਦਾ ਹਾਂ ਮੈਂ ਤੇਰੇ ਚਰਨਾਂ ਨੂੰ ਤੇਰੇ ਗੁਨਾ ਨੂੰ ਤੇਰੇ ਹੁਕਮ ਨੂੰ ਛੱਡ ਕੇ ਹੋਰ ਕਿਤੇ ਨਾ ਜਾਵਾਂ ਮੈਨੂੰ ਤੇਰੇ ਗੁਨਾ ਦੀ ਦਾਤ ਮਿਲੇ ਮੈਨੂੰ ਤੇਰੇ ਹੁਕਮ ਦੀ ਸੂਝ ਆਵੇ ਮੈਂ ਤੇਰੇ ਚਰਨਾਂ ਦੀ ਸ਼ਰਨ ਵਿੱਚ ਰਹਿ ਸਕਾਂ ਮੈਂ ਹਰ ਇਨਸਾਨ ਦੇ ਅੰਦਰ ਤੇਰਾ ਨੂਰ ਤੇਰਾ ਜ਼ਹੂਰ ਤੇਰਾ ਜ਼ਲਵਾ ਵੇਖ ਸਕਾਂ ਔਰ ਮੈਂ ਆਪਣੇ ਮੂਲ ਨੂੰ ਪਹਿਚਾਨ ਸਕਾਂ ਮੈਂ ਤੇਰੇ ਵਿੱਚ ਲੀਨ ਹੋ ਸਕਾਂ ਮੈਂ ਤੇਰੀ ਜੋ ਕੁਦਰਤ ਦੇ ਨਿਯਮ ਨੇ ਉਹਨਾਂ ਮੁਤਾਬਕ ਜ਼ਿੰਦਗੀ ਜੀ ਸਕਾਂ ਮੇਰੇ ਤੇ ਇਹ ਰਹਿਮਤ ਕਰ ਅਸਮ ਇਹ ਮੰਗ ਮੰਗਣੀ ਹੈ ਔਰ ਮੰਗ ਮੰਗਣ ਦਾ ਮਤਲਬ ਹੀ ਹੈ ਕਿ ਸਿ ਆਪਣੇ ਆਪ ਦੇ ਨਾਲ ਕਮਿਟਮੈਂਟ ਕਰਨਾ ਹੈ ਅਸੀਂ ਪ੍ਰਭੂ ਦੇ ਨਾਲ ਗੁਰੂ ਦੇ ਨਾਲ ਵਾਦਾ ਕਰਨਾ ਹੈ ਕਿ ਗੁਰੂ ਪਾਤਸ਼ਾਹ ਜੀ ਅਸੀਂ ਆਪ ਦੇ ਦੱਸੇ ਰਾਹਾਂ ਤੇ ਚੱਲਾਂਗੇ ਅਸੀਂ ਗਿਆਨ ਗੁਰੂ ਦੀ ਅਗਵਾਈ ਵਿੱਚ ਜ਼ਿੰਦਗੀ ਜੀਵਾਂਗੇ ਅਸੀਂ ਰੱਬੀ ਗੁਣਾਂ ਦੇ ਧਾਰਨੀ ਹੋਵਾਂਗੇ ਤਾਂ ਹਰ ਇਨਸਾਨ ਦੇ ਅੰਦਰ ਇਹ ਪੌਸਿਬਿਲਿਟੀ ਹੈ ਭਾਈ ਇਸ ਮਹਾਨਤਾ ਨੂੰ ਹਰ ਇਨਸਾਨ ਪਾ ਸਕਦਾ ਹੈ ਇਸ ਲਈ ਗੁਰੂ ਜੀ ਸਾਨੂੰ ਆਸ਼ਾਵਾਦੀ ਬਣਾ ਰਹੇ ਨੇ ਔਰ ਸਾਨੂੰ ਦੱਸ ਰਿਹਾ ਕੀ ਪਿਆਰਿਆ ਹਨੇਰੇ ਵਾਲੀ ਜ਼ਿੰਦਗੀ ਜੀਣਾ ਤੂੰ ਇਸ ਵਾਸਤੇ ਪੈਦਾ ਨਹੀਂ ਹੋਇਆ ਵਿਕਾਰਾਂ ਦੇ ਵਿੱਚ ਰੁੱਲਣ ਵਾਸਤੇ ਤੂੰ ਪੈਦਾ ਨਹੀਂ ਹੋਇਆ ਹਾਰਾਂ ਔਰ ਦੁੱਖਾਂ ਦਾ ਮੂੰਹ ਵੇਖਣ ਵਾਸਤੇ ਤੂੰ ਪੈਦਾ ਨਹੀਂ ਹੋਇਆ ਤੂੰ ਰੱਬ ਦਾ ਰੂਪ ਹੈ ਤੇਰੇ ਅੰਦਰ ਅਨੰਤ ਸ਼ਕਤੀਆਂ ਨੇ ਤੂੰ ਰਾਜ ਸਿੰਘਾਸਨ ਤੇ ਬਹਿਣ ਵਾਸਤੇ ਪੈਦਾ ਹੋਇਆ ਹੈ ਤੂੰ ਗੁਨਾਹ ਦਾ ਧਾਰਨੀ ਬਣਨ ਵਾਸਤੇ ਪੈਦਾ ਹੋਇਆ ਹੈ ਤੇਰੀ ਜ਼ਿੰਦਗੀ ਦੇ ਅੰਦਰ ਖੇੜੇ ਪ੍ਰਸੰਤਾ ਆਨੰਦ ਦੀਆਂ ਸੰਭਾਵਨਾਵਾਂ ਨੇ ਇਨ੍ਹਾਂ ਸੰਭਾਵਨਾਵਾਂ ਨੂੰ ਆਪਣੇ ਅੰਦਰ ਜਾਗਰਿਤ ਕਰ ਔਰ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰ ਹੋਇਆ ਹੁਲਾਂ ਦੀ ਖਿਮਾ ਗੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ